ਦੇਖੋ ਗੁਰੂ ਨਾਨਕ ਸਾਹਿਬ ਦਾ ਜਿੱਥੇ ਨਾਮ ਆ ਗਿਆ ਉੱਥੇ ਕਿਸੇ ਦਾ ਨੀਂਹ ਪੱਥਰ ਅਤੇ ਉੱਪਰ ਨਾਮ ਕਿਸੇ ਦਾ ਥੱਲੇ ਨਾਮ, ਇਹ ਬਹੁਤ ਛੋਟੀਆਂ ਚੀਜ਼ਾਂ ਰਹਿ ਜਾਂਦੀਆਂ, ਇਹ ਬਹੁਤ ਤੰਗ ਦਿਲੀ ਸੋਚ ਹੈ। ਗੁਰੂ ਨਾਨਕ ਸਾਹਿਬ ਜਗਤ ਗੁਰੂ ਸੀ, ਉਹਨਾਂ ਨੂੰ ਸ਼੍ਰੀਲੰਕਾ 'ਚ ਕਿਸੇ ਹੋਰ ਨਾਮ ਨਾਲ ਪੂਜਿਆ ਜਾਂਦਾ, ਉਹਨਾਂ ਨੂੰ ਨੇਪਾਲ ਭੂਟਾਨ 'ਚ ਕਿਸੇ ਹੋਰ ਨਾਮ ਨਾਲ, ਬੰਗਲਾਦੇਸ਼ 'ਚ ਕਿਸੇ ਹੋਰ ਨਾਮ ਨਾਲ, ਅਫਗਾਨਿਸਤਾਨ ਇਰਾਕ 'ਚ ਕਿਸੇ ਹੋਰ ਨਾਮ ਨਾਲ ਪੂਜਿਆ ਜਾਂਦਾ, ਅਤੇ ਇੱਥੇ ਮੈਂ ਕਰੂੰਗਾ ਇਹ ਮੈਂ ਤੂੰ ਤੂੰ ਦੀ ਜਿਹੜੀ ਉਰੇ ਜੰਗ ਛੇੜ ਰੱਖੀ ਇਹਨਾਂ ਨੇ, ਵੀ ਇਹ ਮੇਰੇ ਖਿਆਲ 'ਚ ਬਹੁਤ ਮਾੜੀ ਗੱਲ ਹੈ। ਔਰ ਗੁਰੂ ਸਾਹਿਬ ਜਗਤ ਗੁਰੂ ਸੀ, ਸਰਬੱਤ ਦਾ ਭਲਾ ਮੰਗਣ ਵਾਲੇ, ਉਹਨਾਂ ਨੇ ਬਾਣੀ ਵੀ ਰਚੀ ਹੈ, ਸੋ ਉਹਨਾਂ ਦੇ ਜਿਹੜੇ 595 ਪ੍ਰਕਾਸ਼ ਉਤਸਵ ਨੇ ਉਹਦੇ 'ਤੇ ਕੋਈ ਇਸ ਤਰ੍ਹਾਂ ਦੀ ਕ੍ਰੈਡਿਟ ਬਾਰ ਨਹੀਂ ਹੋਈ। ਕਰਤਾਰਪੁਰ ਕੋਰੀਡੋਰ ਦੇ ਉੱਤੇ ਜਿਹੜਾ ਹੈ $20 ਲੈਣ ਦੀ ਜਿਹੜੀ ਗੱਲ ਆ ਰਹੀ ਹੈ ਸਾਹਮਣੇ, ਮੈਂ ਕਹਿੰਦਾ ਜੀ ਜਦੋਂ ਸਵੇਰੇ ਅਸੀਂ ਉੱਥੇ ਜਾ ਕੇ ਆਪਣੇ ਗੁਰੂ ਦੇ ਘਰ, ਆਪਣੇ ਗੁਰੂ ਦੀ ਧਰਤੀ 'ਤੇ ਅਸੀਂ ਸਜਦਾ ਕਰਕੇ ਆਵਾਂਗੇ, ਜਿਹੜੀਆਂ ਸਾਡੇ ਦਿਲੋਂ ਦੁਆਵਾਂ ਨਿਕਲਣਗੀਆਂ ਉਹ ਰਸਤਾ ਖੋਲ੍ਹਣ ਵਾਲੇ ਮੁਲਕ ਨੂੰ ਜਾਂ ਰਸਤਾ ਖੋਲ੍ਹਣ ਵਾਲਿਆਂ ਨੂੰ, ਤਾਂ ਉਹ ਮੇਰੇ ਖਿਆਲ 'ਚ ਕਿਸੇ ਵੀ $20 ਜਾਂ $50 ਤੋਂ ਜਜ਼ੀਏ ਤੋਂ ਜਾਂ ਕਿਸੇ ਟੈਕਸ ਤੋਂ ਉੱਪਰ ਨੇ, ਉਹਦੀ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ। ਹਿਮਾਚਲ ਦੇ ਵਿੱਚ ਇੱਕ ਵੱਡੀ ਖਬਰ ਆਈ ਹੈ ਕਿ ਹਿਮਾਚਲ ਦੇ ਵਿੱਚ 2 ਨੌਜਵਾਨ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਜਿਹੜਾ ਪੁਲਿਸ ਦੀ ਪ੍ਰੀਖਿਆ ਸੀ ਉਹਦੇ ਤੋਂ ਵੰਚਿਤ ਕਰਤਾ ਗਿਆ ਕਿਉਂਕਿ ਉਹ ਅੰਮ੍ਰਿਤਧਾਰੀ ਸਨ। ਨਹੀਂ ਦੇਖੋ, ਇਸ ਤਰ੍ਹਾਂ ਦਾ ਜੇ ਕੋਈ ਹਜੇ ਵੀ ਜੇ ਇਹ ਨਹੀਂ ਤਾਂ ਅਸੀਂ ਦੱਸਣ 'ਚ ਕਾਮਯਾਬ ਹੋਏ, ਅਮਰੀਕਾ ਕੈਨੇਡਾ 'ਚ ਸੁਣਦੇ ਇੱਦਾਂ ਦੀਆਂ ਗੱਲਾਂ ਕਿ ਉਹ ਸਾਨੂੰ ਜਿਹੜੇ ਮੁਸਲਮਾਨ ਸਮਝ ਕੇ ਸਾਡੇ 'ਤੇ ਹਮਲੇ ਕਰ ਦਿੰਦੇ ਨੇ ਕਿ ਸ਼ਾਇਦ ਤੁਸੀਂ ਸਾਡੇ 'ਤੇ ਹਮਲੇ ਕੀਤੇ ਸੀ, ਪਰ ਇਹ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦੀ ਵੀ ਮੈਂ ਘਾਟ ਮੰਨੂੰਗਾ ਕਿ ਹਜੇ ਤੱਕ ਇਹ ਨਹੀਂ ਦੱਸ ਪਾਏ ਕਿ ਸਾਡਾ ਕੀ ਫਰਕ ਹੈ, ਸਾਡੇ ਕਿਹੜੇ ਕਿਹੜੇ ਧਾਰਮਿਕ ਚਿੰਨ੍ਹ ਨੇ ਜਿਹੜੇ ਸਾਨੂੰ ਗੁਰੂ ਸਾਹਿਬ ਜਿਨ੍ਹਾਂ ਨੇ ਹਿੰਦੂ ਧਰਮ ਨੂੰ ਬਚਾਉਂਦਿਆਂ ਹੋਇਆਂ ਨੇ ਸ਼ਹੀਦੀਆਂ ਦਿੱਤੀਆਂ ਨੇ, ਕੁਰਬਾਨੀਆਂ ਦਿੱਤੀਆਂ ਨੇ, ਸੋ ਮੇਰੇ ਖਿਆਲ 'ਚ ਇਸ ਤਰ੍ਹਾਂ ਇਸ ਸਦੀ ਦੇ ਵਿੱਚ ਸੂਚਨਾਵਾਂ ਦੇ ਇੰਨੇ ਜਦੋਂ ਸਾਧਨ ਨੇ, ਵਟਸਐਪ ਤੋਂ ਲੈ ਕੇ, ਯੂਟਿਊਬ ਤੋਂ, ਗੂਗਲ ਤੋਂ ਲੈ ਕੇ, ਇਸ ਸਦੀ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਸ਼ਰਮ ਹੈ।